ਪੁਲਿਸ ਦੀ ਮੌਜੂਦਗੀ ਵਿੱਚ ਇੱਕ ਦੂਜੇ ਨਾਲ ਜਿੱਥੇ ਹੱਥੋਪਾਈ ਕੀਤੀ ਉੱਥੇ ਗਾਲੀ ਗਲੋਚ ਵੀ ਕੀਤਾ। ਥਾਣੇ ਵਿੱਚ ਹੋਈ ਇਸ ਹੱਥੋਪਾਈ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਬਾਜ਼ਾਰ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੇ ਨਿਪਟਾਰੇ ਲਈ ਦੋਵੇਂ ਧੀਆਂ ਥਾਣੇ ਪਹੁੰਚੀਆਂ ਸਨ, ਪਰ ਇੱਥੇ ਵੀ ਮਾਮੂਲੀ ਜਿਹੀ ਕਹਾ ਸੁਣੀ ਝਗੜੇ ਵਿੱਚ ਤਬਦੀਲ ਹੋ ਗਈ। ਉਧਰ ਪੁਲਿਸ ਨੇ ਦੋਹਾਂ ਧੀਆਂ ਦੇ ਲੋਕਾਂ ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਸਖ਼ਤ ਕਾਰਵਾਈ ਦੀ ਗੱਲ ਆਖੀ ਹੈ। ਇਹ ਤਸਵੀਰਾਂ ਦਰਸ਼ਕ ਦੇਖ ਰਹੇ ਨੇ, ਲੁਧਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੋਤਵਾਲੀ ਥਾਣੇ ਵਿੱਚ ਧੌਂਦਾ ਸੀ ਕਿ ਦੋ ਧੀਆਂ ਆਪਸ ਵਿੱਚ ਭਿੜ ਗਈਆਂ। ਦੋ ਧੀਆਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਦੂਜੇ ਨਾਲ ਹੱਥੋਪਾਈ ਕੀਤੀ, ਉੱਥੇ ਗਾਲੀ ਗਲੋਚ ਵੀ ਕੀਤਾ। ਥਾਣੇ ਵਿੱਚ ਹੋਈ ਇਸ ਹੱਥੋਪਾਈ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ ਬਾਜ਼ਾਰ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੇ ਨਿਪਟਾਰੇ ਲਈ ਇਹ ਦੋਵੇਂ ਧੀਆਂ ਥਾਣੇ ਪਹੁੰਚੀਆਂ ਸਨ, ਪਰ ਇੱਥੇ ਵੀ ਧੌਂਦਾ ਸੀ ਕਿ ਕਹਾ ਸੁਣੀ ਝਗੜੇ ਵਿੱਚ ਤਬਦੀਲ ਹੋ ਗਈ। ਉੱਥੇ ਪੁਲਿਸ ਨੇ ਦੋਹਾਂ ਪਾਸੇ ਦੇ ਲੋਕਾਂ ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਂਕ ਦੇ ਵਿੱਚ ਐਕਟਿਵਾ ਜਿਹੜਾ ਉਹ ਲੇਬਰ ਵਾਲੇ 'ਚ ਵੱਜਿਆ ਸੀਗਾ ਅਤੇ ਉਹਨਾਂ ਦੀ ਆਪਸ ਪਹਿਲਾਂ ਹੋ ਗਈ ਅਤੇ ਲੇਬਰ ਵਾਲਿਆਂ ਨੇ ਜਿਹੜਾ ਉਹ ਐਕਟਿਵਾ ਦੇ ਜਿਹੜਾ ਮਾਰੀ ਇੱਕ ਲੇਡੀ ਆ ਗਈ, ਉਹਨਾਂ ਵੀ ਮਾੜੀ ਮੋਟੀ ਪਹਿਲਾਂ ਹੋਈ। ਮਾਮਲੇ ਦੋਨੇ ਤਰ੍ਹਾਂ ਦੇ